ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ। ਵਿਚਾਰ ਵਟਾਂਦਰਾ ਅਸੀਂ ਜਾਰੀ ਰੱਖਿਆ ਹੋਇਆ। ਇੱਕ ਕਾਲਰ ਸਾਡੇ ਨਾਲ ਪਿਛਲੇ ਅੱਧੇ ਘੰਟੇ ਤੋਂ ਸਾਡੇ ਨਾਲ ਜੁੜੇ ਹੋਏ ਨੇ, ਉਹਨਾਂ ਦੀ ਕਾਲ ਅਸੀਂ ਲੈ ਲਈਏ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ? ਹਾਂਜੀ, ਛੋਟੇ ਭਾਈ ਹਰਕੀਰਤ, ਦੋਨਾਂ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਮੱਖਣ ਸਿੰਘ ਜੀ, ਸਤਿ ਸ਼੍ਰੀ ਅਕਾਲ ਹਾਂਜੀ ਜੀ। ਦੇਖੋ, ਮੈਂ ਥੋੜਾ ਜਿਹਾ ਤੁਹਾਡਾ ਟਾਈਮ ਲੈਣਾ ਕਿ ਜਿੱਦਾਂ ਕਹਿੰਦੇ ਹੁੰਦੇ ਇਸ ਟਾਈਮ ਪੁਰਾਣਾ ਸੀਰੇ ਪੰਜਾਬ ਦਾ ਇਤਿਹਾਸ ਯਾਦ ਆ ਜਾਂਦਾ ਹੈ। ਜੀ 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 ਜੀ, ਥੋੜਾ ਜਿਹਾ ਮੇਰਾ ਗਲਾ ਵੀ ਕੱਲ ਦਾ ਠੀਕ ਨਹੀਂ, ਵੈਸੇ ਮੈਂ ਜ਼ਰੂਰ ਥੋੜੀਆਂ ਗੱਲਾਂ ਪੂਰੀਆਂ ਕਰੂੰਗਾ। ਚਲੋ, ਹੈਵ ਅ ਮੈਡੀਸਨ ਜੀ, ਧਿਆਨ ਰੱਖੋ ਆਪਣਾ ਜੀ। ਹਾਂਜੀ, ਜਿਹੜਾ ਆਪਣੇ ਸਿੱਖ ਮਿਊਜ਼ੀਅਮ ਲਾਹੌਰ ਵਿੱਚ ਹਾਲੇ ਵੀ ਦੱਸਦੇ ਵੀ ਉੱਥੇ ਪੁਰਾਤਨ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਉੱਥੇ ਪ੍ਰਕਾਸ਼ ਹਾਲੇ ਵੀ ਹੁੰਦਾ ਔਰ ਹੁੰਦਾ ਰਹਿਣਾ ਆ ਜੀ। ਦੇਖੋ, ਇਤਿਹਾਸ ਦੱਸਦਾ ਆ ਵੀ ਜਦ ਆਪਣੇ ਜਮਰੌਦ ਫਤਿਹ ਹੋਣ ਦੀ ਖਬਰ ਮਿਲੀ ਹੈ ਨਾ ਆਪਣੇ ਸ਼ੇਰੇ ਪੰਜਾਬ ਨੂੰ ਜੀ, ਹਾਂਜੀ, ਤੇ ਉਹ ਉਸ ਵੇਲੇ ਉਹ ਹਾਜ਼ਰੀ ਭਰਦੇ ਹੋਏ ਗੁਰੂ ਗ੍ਰੰਥ ਸਾਹਿਬ ਦੀ ਆਪਣੀ ਦਾੜੀ ਫੜ ਕੇ ਉਹਨਾਂ ਨੇ ਆਪਣੇ ਮੂੰਹ ਤੇ ਚਪੇੜਾਂ ਮਾਰੀਆਂ ਸੀ। ਕਿਉਂ ਮਾਰੀਆਂ ਸੀ? ਉਹਨਾਂ ਨੇ ਕਿਹਾ ਸੀ ਉਹ ਰਣਜੀਤ ਸਿੰਘ ਆ, ਕਿੱਧਰ ਇਹਨਾਂ ਜਿੱਤਾਂ ਨਾਲ ਹੰਕਾਰ ਵਿੱਚ ਨਾ ਆ ਜਾ ਜੀ। ਮੱਖਣ ਸਿੰਘ ਜੀ, ਮੈਂ ਚਾਹਾਂਗਾ ਜਲਦ ਖਤਮ ਕਰਿਓ ਆਪਣੀ ਗੱਲ ਨੂੰ, ਹੋਰ ਵੀ ਕਾਲਰਸ ਨੇ ਅਸੀਂ ਬਾਤ ਕਰਨ ਲੈਣੇ ਆ। ਹਾਂਜੀ, ਉਹਨਾਂ ਨੇ ਕਿਹਾ ਵੀ ਹੰਕਾਰ ਵਿੱਚ ਨਾ, ਇਹ ਸਭ ਗੁਰੂ ਗ੍ਰੰਥ ਸਾਹਿਬ ਦੀ ਬਖਸ਼ਿਸ਼ ਹੈ। ਉਹ ਗੁਰੂ ਦੀ ਓਟ ਲੈ ਕੇ ਜਿਹੜੀਆਂ ਵੀ ਜਿੱਤਾਂ ਜਿੱਤਦੇ ਸੀ ਗੁਰੂ ਦੀ ਓਟ ਤੇ, ਅੱਜ ਗੁਰੂ ਦਾ ਸਾਡੇ ਦਾ ਕੀ ਹਾਲ ਹੋ ਰਿਹਾ, ਮੈਂ ਇਹ ਕਹਿਣਾ ਚਾਹੁੰਦਾ। ਬਿਲਕੁਲ 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 ਬਿਲਕੁਲ, ਚਲੋ ਠੀਕ ਹੈ, ਮੈਂ ਇੰਨੀ ਗੱਲ ਹੀ ਰੱਖਦਾ। ਜੀ ਜੀ, ਧੰਨਵਾਦ ਮੱਖਣ ਸਿੰਘ ਜੀ, ਬਹੁਤ ਬਹੁਤ ਧੰਨਵਾਦ। ਇੱਕ ਹੋਰ ਵੀ ਕਾਲਰ ਨੇ, ਉਹਨਾਂ ਦੀ ਵੀ ਗੱਲ ਅਸੀਂ ਸੁਣ ਲਈਏ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਹੈਲੋ, ਸਤਿ ਸ਼੍ਰੀ ਅਕਾਲ ਆਲੂ ਵਾਲੇ ਸਾਹਿਬ, ਕਿੱਦਾਂ? ਠੀਕ ਹੋ? ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਇੱਕਦਮ ਜੀ, ਚੜ੍ਹਦੀ ਕਲਾ ਜੀ, ਕੀ ਕਹਿਣਾ ਚਾਹੋਗੇ? ਬਸ ਭਾਜੀ, ਮੈਂ ਦੋ ਮਿੰਟ ਲੈਣੇ ਨੇ, ਤੁਸੀਂ ਮੈਨੂੰ ਇਹ ਦੱਸੋ ਯਾਰ, ਮੇਰੇ ਨਾਲ ਕੋਈ ਦੁਸ਼ਮਣੀ ਤੁਹਾਡੀ? ਨਹੀਂ ਨਹੀਂ, ਕੋਈ ਦੁਸ਼ਮਣੀ ਨਹੀਂ, ਸਾਡੇ ਕਾਲਰਸ ਨਾਲ ਦੁਸ਼ਮਣੀ ਕਿਵੇਂ ਹੋ ਸਕਦੀ ਹੈ, ਦੱਸੋ ਜੀ। ਜੀ ਜੀ ਭਾਜੀ, ਮੈਂ ਬੜਾ ਟਾਈਮ ਹੋ ਗਿਆ ਫੋਨ ਲਾਉਂਦੇ ਯਾਰ, ਤੁਸੀਂ ਫੋਨ। ਆਈ ਐਮ ਰੀਅਲੀ ਸੌਰੀ, ਬਹੁਤ ਸਾਰੇ ਕਾਲਰਸ ਅੱਜ ਕਿਊ ਦੇ ਵਿੱਚ ਅਸੀਂ ਰੱਖੇ ਹੋਏ ਨੇ ਕਿਉਂਕਿ ਸਾਰੇ ਆਪਣੇ ਪ੍ਰਤੀਕਰਮ ਦੇਣਾ ਚਾਹੁੰਦੇ ਆ। ਤੁਸੀਂ ਔਨ ਏਅਰ ਹੋ, ਤੁਸੀਂ ਦੇ ਸਕਦੇ ਹੋ, ਗੋ ਅਹੈਡ। ਨੋ ਪ੍ਰੋਬਲਮ ਭਾਜੀ। ਭਾਜੀ, ਮੈਂ ਇੰਨੀ ਗੱਲ ਹੀ ਕਹਿਣੀ ਸੀਗੀ, ਮੈਂ ਸਵੇਰ ਦਾ ਨਾ ਬੜਾ ਤੰਗ ਸੀਗਾ ਜੀ, ਤੰਗ ਮੈਂ ਤਾਂ ਸੀ ਜੀ ਕਿ ਮੈਂ ਕਿਹਾ ਵੇਖੋ ਅਕਾਲੀਆਂ ਨੇ ਕੀ ਕੀਤਾ ਵੀ ਉੱਥੇ ਆਮ ਆਦਮੀ ਪਾਰਟੀ ਵੀ ਬੈਠੀ ਸੀ ਜੀ, ਤੇ ਦੂਜੇ ਕਾਂਗਰਸੀ ਵੀ ਬੈਠੇ ਸੀ ਤੇ ਅਕਾਲੀ ਉੱਥੋਂ ਨਿਕਲ ਆਏ ਜੀ। ਵੇਖੋ, ਗੁਰੂ ਗ੍ਰੰਥ ਸਾਹਿਬ ਨੂੰ ਸਭ ਤੋਂ ਜ਼ਿਆਦਾ ਤੇ ਅਕਾਲੀਆਂ ਨੂੰ ਜਾਣਨਾ ਚਾਹੀਦਾ ਨਾ। ਚਲੋ ਆਪਾਂ ਮੰਨ ਲੈਂਦੇ ਹਾਂ ਕਿ ਇਹਨਾਂ ਨੇ ਬੇਅਦਬੀਆਂ ਕਰਵਾਈਆਂ ਨੇ ਜਾਂ ਕੁਝ ਵੀ ਕੀਤਾ ਜਾਂ ਕਿੱਦਾਂ ਵੀ ਕੀਤਾ, ਆਪਾਂ ਨੂੰ ਉਹਨਾਂ ਨਾਲ ਕੋਈ ਮਤਬਲ ਨਹੀਂ ਹੈਗਾ, ਕਿਸੇ ਨਾਲ ਕੋਈ ਮਤਬਲ ਨਹੀਂ ਹੈਗਾ ਜੀ। ਇਹ ਪਾਰਟੀ ਹੈ, ਜਿੰਨੀਆਂ ਵੀ ਪਾਰਟੀਆਂ ਨੇ ਰਲ ਕੇ ਮੁੱਦਾ ਚੁੱਕਦੀਆਂ ਪਈਆਂ ਸੀ, ਪਰ ਅਕਾਲੀ ਪਾਰਟੀ ਨੂੰ ਤਾਂ ਮੁੱਦਾ ਚੁੱਕਣ ਦੀ ਲੋੜ ਹੀ ਨਹੀਂ ਹੈਗੀ ਜੀ। ਜੀ ਜੀ, ਉਹ ਕਿਉਂ ਨਹੀਂ ਹੈਗੀ? ਕਿਉਂਕਿ ਅਕਾਲੀਆਂ ਨੂੰ ਇਹ ਪਤਾ ਕਿ ਸਾਡਾ ਗੁਰੂ ਗ੍ਰੰਥ ਸਾਹਿਬ ਹੈ। ਮੰਨ ਲਓ ਇੱਕ ਗੱਲ ਕਰਨੇ ਪਿਆ, ਇਹ ਸੁਖਬੀਰ ਬਾਦਲ ਜੀ ਬਿਆਨ ਦਿੰਦੇ ਪਏ ਨੇ ਕਿ ਦੇਖੋ ਜੀ ਇਹ ਇੰਜ ਕਰ ਰਹੇ ਨੇ, ਉਂਝ ਕਰ ਰਹੇ ਨੇ। ਉਹਨੂੰ ਬੰਦਾ ਪੁੱਛੇ, ਭਲਿਆ ਲੋਕਾ ਤੂੰ ਇਹ ਦੱਸ ਵੀ ਤੇਰੇ ਨਾਲ ਕੀ ਸਿਸਟਮ ਹੈ, ਤੂੰ ਵੇਖ ਤੂੰ ਕਿਹਦੀ ਕਮਾਈ ਖਾਣ ਡਿਆ, ਗੁਰੂ ਗ੍ਰੰਥ ਸਾਹਿਬ ਦੀ ਕਮਾਈ ਅੱਜ ਤੀਕਰ ਤੂੰ ਖਾ ਰਿਹਾ, ਇੰਨਾ ਕੁਝ ਤੂੰ ਬਣਾ ਲਿਆ, ਇੰਨਾ ਕੁਝ ਤੂੰ ਕਰ ਲਿਆ, ਸਾਰਾ ਕੁਝ ਤੂੰ ਕਰ ਲਿਆ, ਤੈਨੂੰ ਫਿੜੇ ਮੂੰਹ ਤੇਰੇ ਜੰਮੇ ਦੇ ਤੇ ਤੂੰ ਉੱਥੋਂ ਵਾਪਸ ਆਵਣ ਡਿਆ, ਤੂੰ ਉਹਦੀ ਲੜਾਈ ਲੜ। ਚਲੋ, ਮੈਂ ਦਰਖਾਸਤ ਕਰਾਂਗਾ ਨਿੱਜੀ ਅਟੈਕ ਨਾ ਕਰੀਏ ਆਪਾਂ, ਕੋਈ ਗੱਲ ਨਹੀਂ ਕੋਈ ਗੱਲ ਨਹੀਂ, ਤੁਸੀਂ ਆਪਣੀ ਗੱਲ ਰੱਖ ਸਕਦੇ ਹੋ, ਬਹੁਤ ਬਹੁਤ ਧੰਨਵਾਦ। ਸ਼ਬਦਾਂ ਦੀ ਮਰਿਆਦਾ ਰੱਖਣ ਜੀ 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 ਹਾਂਜੀ, ਯੂ ਵਾਂਟ ਟੂ ਕਨਕਲੂਡ ਸਮਥਿੰਗ? ਦੇਖੋ, ਇਹ ਮੈਂ ਕਹਿਣਾ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਹੈ ਜਿਹੜਾ ਬੇਅਦਬੀ ਦਾ ਮਾਮਲਾ ਹੈ, ਮੈਂ ਹੁਣ ਇੱਕ ਚੀਜ਼ ਕਨਕਲੂਡ ਕਰ ਰਿਹਾ ਹਾਂ ਕਿ ਇਹਨੂੰ ਲੈ ਕੇ ਸ਼ਾਰਟ ਐਂਡ ਕ੍ਰਿਸਪੀ ਕੁਐਸਚਨ ਫॉर ਯੂ, ਸ਼ਾਰਟ ਐਂਡ ਕ੍ਰਿਸਪੀ। ਆਫਟਰ ਦਿਸ ਹੋਲ ਸਿਨੈਰੀਓ, ਪੂਰੇ ਸਿਨੈਰੀਓ ਨੂੰ ਵੇਖ ਕੇ, ਕੈਪਟਨ ਅਮਰਿੰਦਰ ਸਿੰਘ ਅਤੇ ਉਹਨਾਂ ਦੀ ਸਿਆਸਤ ਅਤੇ ਉਹਨਾਂ ਦੀ ਤਸਵੀਰ ਜਦ ਤੁਹਾਡੇ ਸਾਹਮਣੇ ਆਉਂਦੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਮਾਮਲੇ ਨੂੰ ਲੈ ਕੇ, ਜਸਟਿਸ ਰਣਜੀਤ ਸਿੰਘ ਕਮਿਸ਼ਨ ਨੂੰ ਲੈ ਕੇ, ਬਰਗਾੜੀ ਕਾਂਡ ਨੂੰ ਲੈ ਕੇ, ਉਹਨਾਂ ਦਾ ਸਟੈਂਡ ਕੀ ਲੱਗਦਾ ਹਜ ਤੱਕ ਤੁਹਾਨੂੰ? ਦੇਖੋ, ਇਹਦੇ ਨਾਲ ਸੈਂਟੀਮੈਂਟਸ ਤੇ ਸਭ ਦੇ ਜੁੜੇ ਆ ਸਭ ਆਪਣੇ, ਤੇ ਇਹ ਹੈਗਾ ਕਿ ਇਹਦੇ ਤੇ ਹੁਣ ਸਿਆਸਤ ਹੋ ਗਈ ਹੈ। ਦਿਸ ਇਜ਼ ਵੈਰੀ ਅਨਫੋਰਚੂਨੇਟ, ਕਿੰਨਾ ਸੰਵੇਦਨਸ਼ੀਲ, ਇੰਨਾ ਸੈਂਸਿਟਿਵ ਮਾਮਲਾ ਸੀਗਾ, ਇਹਦੇ ਤੇ ਸਿਆਸਤ ਹੋ ਗਈ। ਹੁਣ ਜਸਟਿਸ ਰਣਜੀਤ ਸਿੰਘ ਕਮਿਸ਼ਨ, ਹੁਣ ਐਸ ਆਈ ਟੀ ਬਣਾਉਣੀ, ਸਪੈਸ਼ਲ ਇਨਵੈਸਟੀਗੇਸ਼ਨ ਟੀਮ ਕਰੇਗੀ, ਪੰਜਾਬ ਪੁਲਿਸ ਕਰੇਗੀ। ਮੈਨੂੰ ਜੋ ਲੱਗਦਾ ਹੈ, ਪੰਜਾਬ ਸਰਕਾਰ ਇਸ ਮਾਮਲੇ ਤੇ ਟਾਈਮ ਬਾਏ ਆਊਟ ਕਰ ਰਹੀ ਹੈ। ਇਹ ਹਾਲੇ ਕੋਈ ਵੀ ਡਿਸੀਜਨ ਲੈਣ ਦੀ ਸ਼ਮਤਾ ਰੱਖਦੀ ਨਹੀਂ ਜਾਂ ਲੈਣਾ ਨਹੀਂ ਚਾਹੁੰਦੇ। ਦੇ ਡੋਂਟ ਵਾਂਟ ਟੂ ਇੰਪਲੀਮੈਂਟ ਦ ਰਿਪੋਰਟ ਔਰ ਦੇ ਡੋਂਟ ਵਾਂਟ ਟੂ ਟੇਕ ਐਨੀ ਐਕਸ਼ਨ ਰਾਈਟ ਨਾਓ। ਦੇ ਆਰ ਜਸਟ ਬਾਇੰਗ ਟਾਈਮ, ਕਿਉਂਕਿ ਇਹਦੇ 'ਚ ਬਹੁਤ
पोलिटिकल इंप्लीकेशन शामिल ने, वड्डे वड्डे नाम शामिल ने, कार्रवाई करनी है नहीं करनी है, सोच समझ के करनी है, ऑल दीज थिंग्स। तो मैं लगता है पंजाब सरकार कैप्टन अमरिंदर सिंह इज बाइंग टाइम, ही इज बाइंग टाइम, तो थोड़ा जा बिल्कुल सियासत खिंच रही है इन तेरे सियासत हो रहेगी और ही इज जस्ट बाइंग टाइम नथिंग एल्स। बिल्कुल जहन के सवाल आता कि कैप्टन अमरिंदर सिंह अगर कोई पूछता कि तुम सुखबीर बादल या फिर प्रकाश सिंह बादल और अरेस्ट करोगे तो उन्होंने जो रिएक्शन है यह वेखन वाले हो गए कि आखिरकार वो कितने स्टैंड करते हैं या फिर तुम्हें की लगता है इनू भी जल्दी खत्म करो वट काइंड ऑफ थिंग्स बोथ ऑफ दैम हैव कि लगता है कि नहीं मैं सुखबीर बादल को अरेस्ट नहीं कर सकता या फिर सुखबीर बादल है समथिंग फॉर कैप्टन अमरिंदर सिंह। नहीं नहीं ऐसा कुछ नहीं, देखो एक ना इट्स अ बिग पॉलिटिकल डिसीजन फॉर एनी पार्टी टू टेक, मतलब यू आर डायरेक्टली इंप्लीकेटिंग एंड इंडक्टिंग दी नेक्स्ट अपोजिशन पार्टी ए हूँ इट्स इट हैज़ मैं जिस तरह बोले कि बड़े तगड़े सियासी प्रतिक्रम होंगे पोलिटिकल इंप्लीकेशन होंगे। कैप्टन अमरिंदर सिंह विल नॉट टेक अ स्टेप फॉरवर्ड विदाउट थिंकिंग ट्वाइस, सो ही इज जस्ट थिंकिंग, ही इज टेकिंग टाइम, ही इज बाइंग टाइम, ही इज नॉट इन द पोजिशन टू टेक एनी डिसीजन राइट नाउ व्हाट आई फील। ओके बट एंड ऑफ द डे इमोशंस और जो सेंटीमेंट्स सारे दर्शकों से जुड़े हुए हैं उन्हों का भी ध्यान जोड़ा इन्होंने सियासतदारों को रखना चाहिए ताकि एक गल अजि हो सके जिस न मलम लग सके उन्होंने सारी गलों के उत्ते, लेकिन मैं लगता कि यह मलम नहीं लग रही है तो होर नून जोड़ा वो पाया जा रहा है ताकि जोड़े घाव ने होर ज़्यादा उभरण ताकि जी गल है वह ना हो सकन। लेकिन सियासतदारों अज का मुद्दा अं जरूर भेजा जेकर तुम भी कोई गल अपनी रखना चाहते हो सब तो पहले तो मैं उन्होंने सारे दर्शकों उन्होंने तो माफ़ी मंगना चाहना जिन्हें मैं कॉल्स नहीं चक पाया, मैं वेख पा रहा कि तुम्हारी कॉल्स आ रही हैं लेकिन मैं समा इजाजत नहीं दे रहा, समा मेरे को है नहीं। तुम मैं मेल कर दौ info@justbroadcasting.com के उत्ते, harkeerat@justbroadcasting.com के उत्ते, असी कोशिश करा कि उत्थे जवाब असी दे दीए। और जेकर तुम साडा हिस्सा बनना चाहते हो शो के अपना ना और अपना नंबर लिख के सानू भेज दौ। काफ़ी सारी मैं मैसेज इस करके भी आते हैं, मेल इस करके भी आते हैं कि असं एडवरटाइज़ करना चाहते हैं तो इस हेठ लिखे नंबर के उत्ते एडवरटाइज़ भी कर सकते हो, तुम लिख लो इस नंबर न और अपनी जी जानकारी एडवरटाइजमेंट की वह इतने दे सकते हो। फिलहाल अज के मुद्दे के मैनू हरकीरत सिंह आलूवालिया मेरे नाल नवीन शर्मा जी होरां नू दो इजाजत, धन्यवाद, सत श्री अकाल।